वाहेगुरु जी का खालसा वाहेगुरु जी की फतेह। अनमोल विचार चैनल विच तुहाडा स्वागत है। अपनी अज दी वीडियो दा विषय है कि नवा वरा 2022 इस दे केड़े दिन वार महीने बड़े शुभ मन्ने गए ने अते केड़े दिन वार महीने अशुभ ने जिन्ना दे विच आपां कोई भी काम कार नहीं करना, कोई भी चीज नहीं खरीदनी, कोई भी कपड़ा नहीं खरीदना। ता अपनी आज दी वीडियो दे विच ए शुभ दिन अते अशुभ दिनां दे उत्ते गल करांगे। इस करके सारी वीडियो नू पूरा अंत तक ध्यान दे नाल सुनना अते नाल ही नाल समझना। ता देखो जी, आपां अक्सर देखदे आं कि अपने घरां दे विच जदों भी कोई चीज खरीदनी हुंदी आ जां कोई काम कार शुरू करना हुंदा है ता दिन अते वार दी बड़ी विचार कीती जांदी आ। खास करके जदों आपां कोई लोहे दी चीज लैके आउणी हुंदी आ, कई वार कपड़ा खरीदण लग्गिआं वी कई लोग दिन अते वार दी बड़ी विचार करदे ने कि जेकर कि इस वार नूं कपड़ा खरीदना चाहीदा है, इस वार नूं सोना खरीदना चाहीदा है। अते कई मनुख तां अपनी सफलता जां असफलता दा सारा सारा क्रेडिट वी इन्हां दिन अते वारां नूं दे दिंदे ने। ਭਾਵ ਕਿ ਕਈ ਮਨੁੱਖਾਂ ਦੇ ਮੂੰਹੋਂ ਆਮ ਹੀ ਇਹ ਗੱਲ ਸੁਣੀ ਹੋਣੀ ਆ ਕਿ ਕਦੇ ਵੀ ਵੀਰਵਾਰ ਦੇ ਦਿਨ ਕੰਮ ਨਹੀਂ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਵੀਰਵਾਰ ਨੂੰ ਕੀਤਾ ਹੋਇਆ ਕੰਮ ਜਲਦੀ ਨੇਪਰੇ ਨਹੀਂ ਚੜਦਾ। ਅਤੇ ਕਈ ਮਨੁੱਖ ਕਹਿ ਦਿੰਦੇ ਨੇ ਕਿ ਸ਼ਨੀਵਾਰ ਅਤੇ ਮੰਗਲਵਾਰ ਨੂੰ ਕੋਈ ਵੀ ਲੋਹੇ ਦੀ ਵਸਤੂ ਆਪਣੇ ਘਰ ਵਿੱਚ ਨਹੀਂ ਲੈ ਕੇ ਆਉਣੀ ਚਾਹੀਦੀ, ਕਿਉਂਕਿ ਇਹ ਵਸਤੂਆਂ ਘਾਟੇ ਦਾ ਸੂਚਕ ਹੁੰਦੀਆਂ ਨੇ। ਇਹਨਾਂ ਚੀਜ਼ਾਂ ਦੇ ਘਰ ਆਉਂਦਿਆਂ ਹੀ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ, ਇਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ। ਅਤੇ ਨਾਲ ਹੀ ਆਪਾਂ ਇਹ ਗੱਲ ਕਰਾਂਗੇ ਕਿ ਕਿਹੜਾ ਕੰਮ ਕਰਕੇ ਸਾਨੂੰ ਸਾਡੇ ਕੰਮਾਂ ਦੇ ਵਿੱਚ ਸਫਲਤਾ ਮਿਲੇਗੀ, ਸਾਨੂੰ ਧਨ ਲਾਭ ਹੋਵੇਗਾ। ਤਾਂ ਦੇਖੋ ਜੀ, ਜੋ ਵੀ ਬਾਣੀ ਪੜ੍ਹਦੇ ਨੇ, ਗੁਰੂ ਘਰ ਜਾਂਦੇ ਨੇ, ਤਾਂ ਉਹਨਾਂ ਦੇ ਲਈ ਕਿਸੇ ਵੀ ਦਿਨ ਵਾਰ ਮਹੀਨੇ ਨੂੰ ਚੰਗਾ ਜਾਂ ਮਾੜਾ ਕਹਿਣਾ ਬਹੁਤ ਗਲਤ ਗੱਲ ਆ, ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਾ ਹੀ ਜੀਵਨ ਸਾਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਣ ਤੇ ਲਾ ਦਿੱਤਾ। ਤੇ ਜੇਕਰ ਅਸੀਂ ਅੱਜ ਵੀ ਵਹਿਮ ਭਰਮ ਕਰ ਰਹੇ ਹਾਂ ਤੇ ਇਹ ਸਾਡੇ ਲਈ ਬੜੀ ਹੀ ਮਾੜੀ ਗੱਲ ਆ, ਬੜੀ ਹੀ ਸ਼ਰਮ ਦੀ ਗੱਲ ਆ। ਕਿਉਂਕਿ ਦੇਖੋ ਜੀ, ਸਾਰੇ ਹੀ ਦਿਨ ਵਾਰ ਮਹੀਨੇ ਮੇਰੇ ਉਸ ਮਾਲਕ ਦੀ ਬਣਾਈ ਹੋਈ ਰਚਨਾ ਨੇ, ਅਤੇ ਮਾਲਕ ਦੀ ਰਚਨਾ, ਵਾਹਿਗੁਰੂ ਜੀ ਦੀ ਰਚਨਾ, ਪਰਮਾਤਮਾ ਦੀ ਰਚਨਾ ਕਦੇ ਵੀ ਗਲਤ ਨਹੀਂ ਹੁੰਦੀ। ਗਲਤ ਹੁੰਦੀ ਆ ਸਾਡੀ ਸੋਚ, ਗਲਤ ਹੁੰਦਾ ਹੈ ਸਾਡਾ ਕੰਮ ਕਰਨ ਦਾ ਤਰੀਕਾ, ਜਿਸ ਕਾਰਨ ਸਾਨੂੰ ਅਸਫਲਤਾ ਨਾ ਕਾਮਯਾਬੀ ਮਿਲਦੀ ਆ। ਪਰ ਅਸੀਂ ਉਹ ਸਾਰਾ ਸਾਰਾ ਨਾ ਕਾਮਯਾਬੀ ਅਸਫਲਤਾ ਦਾ ਸਿਹਰਾ ਦਿਨ ਅਤੇ ਵਾਰਾਂ ਦੇ ਸਿਰ ਤੇ ਬੰਨ ਦਿੰਦੇ ਆ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਗੱਲਾਂ ਵੱਲ ਧਿਆਨ ਦਿਓ ਅਤੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਕੰਮ ਕਾਰ ਸ਼ੁਰੂ ਕਰਨਾ, ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਜਾਂ ਕੋਈ ਚੀਜ਼ ਖਰੀਦ ਕੇ ਲੈ ਕੇ ਆਉਣੀ, ਤਾਂ ਦੇਖਣਾ ਕਦੇ ਵੀ ਘਰ ਦੇ ਵਿੱਚ ਕੋਈ ਘਾਟਾ ਨਹੀਂ ਪਵੇਗਾ। ਹਮੇਸ਼ਾ ਇਹ ਚੀਜ਼ਾਂ ਤੁਹਾਨੂੰ ਵਾਧਾ ਦੇਣਗੀਆਂ, ਲਾਭ ਦੇਣਗੀਆਂ, ਖੁਸ਼ੀ ਦੇਣਗੀਆਂ। ਤਾਂ ਜੋ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੇ, ਉਹਨਾਂ ਨੇ ਜਦੋਂ ਵੀ ਕੋਈ ਕੰਮ ਕਾਰ ਸ਼ੁਰੂ ਕਰਨਾ ਹੈ ਜਾਂ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਉਣੀ ਆ, ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈ, 250 ਜਪਜੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਲਗਵਾਉਣੀ ਆ। ਜੇ ਚਾਹੋ ਤਾਂ ਸਾਰਾ ਪਰਿਵਾਰ ਰਲ ਕੇ ਪਾਠ ਕਰ ਸਕਦੇ ਹੋ, ਜੇ ਚਾਹੋ ਤਾਂ ਤੁਸੀਂ ਇਕੱਲਾ ਜਣਾ ਵੀ ਪਾਠ ਕਰ ਸਕਦੇ ਹੋ। ਜੇਕਰ ਤੁਸੀਂ ਦਿਨ ਦੇ 10 ਪਾਠ ਕਰੋਗੇ ਤਾਂ 25 ਦਿਨਾਂ ਦੇ ਵਿੱਚ 250 ਪਾਠ ਸੰਪੂਰਨ ਹੋ ਜਾਣਗੇ। ਅਤੇ ਮਹਾਪੁਰਖ ਜੀ ਕਹਿੰਦੇ ਨੇ ਕਿ 250 ਜਪਜੀ ਸਾਹਿਬ ਜੀ ਦੇ ਪਾਠ ਦਾ ਫਲ ਸੰਪੂਰਨ ਅਖੰਡ ਪਾਠ ਦੇ ਪਾਠ ਜਿੰਨਾ ਮਿਲਦਾ ਹੈ। ਇਸ ਕਰਕੇ ਕਿਸੇ ਵੀ ਚੀਜ਼ ਨੂੰ ਖਰੀਦਣ ਤੋਂ ਪਹਿਲਾਂ, ਕੋਈ ਵੀ ਕੰਮ ਕਾਰ ਸ਼ੁਰੂ ਕਰਨ ਤੋਂ ਪਹਿਲਾਂ 250 ਪਾਠ ਦੀ ਹਾਜ਼ਰੀ ਲਗਵਾਓ। ਜਿਸ ਦਿਨ ਪਾਠ ਆਰੰਭ ਕਰਨੇ ਨੇ ਉਸ ਦਿਨ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ ਹੈ, ਜੋ ਵੀ ਤੁਸੀਂ ਕੰਮ ਸ਼ੁਰੂ ਕਰਨਾ ਹੈ ਜਾਂ ਚੀਜ਼ ਖਰੀਦਣੀ ਹੈ। ਅਤੇ ਜਿਸ ਦਿਨ ਪਾਠ ਦੇ ਭੋਗ ਪਾਉਣੇ ਨੇ ਉਸ ਦਿਨ ਵੀ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਪਣੇ ਕੰਮ ਕਾਰ ਦੀ ਅਰਦਾਸ ਕਰਕੇ ਫਿਰ ਉਹ ਕੰਮ ਸ਼ੁਰੂ ਕਰਨਾ ਹੈ ਅਤੇ ਜਾਂ ਉਹ ਚੀਜ਼ ਲੈ ਕੇ ਆਉਣੀ ਆ। ਤਾਂ ਦੇਖਣਾ, ਜਦੋਂ 250 ਪਾਠ ਦੀ ਹਾਜ਼ਰੀ ਲੱਗੀ ਹੋਵੇਗੀ ਤਾਂ ਹਰੇਕ ਕੰਮ ਦੇ ਵਿੱਚ ਬਰਕਤਾਂ ਆਪਣੇ ਆਪ ਪੈਣਗੀਆਂ। ਅਤੇ ਦੂਸਰੀ ਗੱਲ ਦਾ ਧਿਆਨ ਰੱਖਣਾ ਹੈ, ਦੇਖੋ ਜੀ, ਕੋਈ ਵੀ ਦਿਨ ਵਾਰ ਮਹੀਨਾ ਮਾੜਾ ਨਹੀਂ ਹੁੰਦਾ, ਮਾੜੀ ਹੁੰਦੀ ਆ ਸਾਡੀ ਸੋਚ, ਸਾਡਾ ਦੇਖਣ ਦਾ ਨਜ਼ਰੀਆ ਕਿ ਆਪਾਂ ਕਿਸੇ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ। ਜਿਸ ਤਰ੍ਹਾਂ ਦੇਖੋ, ਕਹਿੰਦੇ ਇੱਕ ਵਾਰ ਇੱਕ ਚੱਪਲਾਂ ਬਣਾਉਣ ਵਾਲੀ ਕੰਪਨੀ ਜਾਂ ਫੈਕਟਰੀ ਲਗਾ ਲਓ, ਉਸ ਦੇ ਮਾਲਕ ਨੇ ਆਪਣੇ ਇੱਕ ਕਰਮਚਾਰੀ
अपने मालक नू फोन लगाया कहा कि तुसी मेनू गलत जगह भेज दिता है, इथे कोई भी मनुख चप्पल बूट की वरतो करता ही नहीं, इथे अपना इथे अपने माल दी कोई कीमत नहीं पैनी, इथे इस चीज बारे किसी नू पता ही नहीं, इस करके मेरी वापसी दी टिकट करवा दो, मैं जल्द वापस आ रहा हां। मालक ने उसनू वापस बुला लिया अते एक दूसरे कर्मचारी नू भेजिया। ओ कर्मचारी भी जद उथे पहुंचा उसने भी जांदिया सार फोन कीता अते अपने मालक नू कहा कि तुसी जिन्ना क मैं माल अगे लैके गया सी इस तो दुगना चौगना माल होर भेजण दी तैयारी करो, क्योंकि जिस जगह दे उत्ते मैं आया हां इथे कोई भी इंसान चप्पल बूट नहीं पाउंदा, पर अपना सारा माल इथे लग जाना है, क्योंकि मैं इन्हां नूं चप्पल बूट दी अहमियत दस के इन्हां दे पैरां दे विच चप्पल बूट पहना के ही आवांगा, इस करके इथे बहुत सारे माल दी लोड़ है, जल्दी ही तुसी होर माल भेजण दी तैयारी करो। ते इथे फर्क की सी, इथे फर्क सी सोच दा नजरिए दा। पहला इंसान आया उसने जो सी उसे तरह देखिया अते अपनी हार मान ली कि इत्थे तो कोई चप्पल बूट पाउंदा ही नहीं, इन्होंने पाउणा ही नहीं। पर जब दूसरा आया तो उसनू अपने आप ते भरोसा सी, अपने काम ते भरोसा सी, उसने कहा जो कदे नहीं होया वो मैं करके विखावांगा, इन्हां दे पैरां दे विच चप्पल बूट पहना के ही जावांगा, भाव कि उसनू अपने आप ते भरोसा सी, अपनी काबिलियत ते भरोसा सी। बस यही साडे नाल हुंदा है, आपां जदों भी काम कार शुरू करना है अपनी सोच नू पॉजिटिव रखना है, ये नहीं कहना कि मेरे तो आ काम नहीं होना, सोच ये होनी चाहीदी आ कि मैं सब कुछ कर सकदा हां अते करके विखा नाकामयाब हुंदे आ, फेल हुंदे आ। इसलिए जे काम कर शुरू करन जा रहे हो ना तो कदी भी किसी दे उत्ते आस ना रखना, सहारा ना रखना, क्योंकि जेकर दूसरिआं दे दस्से होए रस्ते ते चलोगे तो दूसरा मनुख तुहानूं किते वी अध विचकार रोक सकदा है, पर जेकर अपने रस्ते खुद लभ के चलोगे तो तुहाडी रफ्तार नूं कोई रोक नहीं पावेगा। इसलिए जदों भी कोई काम कार शुरू करना है पूरी तैयारी दे नाल जानकारी इकट्ठी करके अपने सिर दे उत्ते करो, ना कि दूसरिआं दा सहारा जां दूसरिआं ते आस लगाओ। तो जेकर आपां इह गल्लां अपनी जिंदगी दे विच अपना लैंदे आ तां सानूं कामयाब होण तों कोई रोक ही नहीं सकदा, क्योंकि जिथे गुरु नानक पातशाह जी दे चरणां दे विच हाजरी लगी होवे, जिथे अपने आप दे उत्ते इन्ना भरोसा होवे, मेहनत करन दा जज्बा होवे, उन्हां कम्मां दे विच सफलता मिलनी पक्की हो जाती है। तो जदों भी कोई काम कार शुरू करना है दिन महीने वारां दी विचार नहीं करनी, अपनी सोच नूं वेखना है, अपनी सोच नूं मजबूत बनाउणा है, अपनी सोच नूं पॉजिटिव करना है, अपनी काबिलियत नूं पछाणना है अते निखारना है, ता देखना कामयाबी तुहाडे कदम चुम्मेगी। ते जेकर वहिमा भरमा दे विच फसे रहोगे तां बस सारी उम्र इन्हां चीज़ां च फसे रहोगे, कदे भी कोई काम नहीं कर सकदे।